ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਬਹੁਤ ਟੇਸਟੀ ਬ੍ਰੇਕਫਾਸਟ ਬਣਾ ਰਹੀ ਹਾਂ ਅਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ। ਸਭ ਤੋਂ ਪਹਿਲਾਂ ਮੈਂ ਅੱਧੀ ਕੋਲੀ ਸੂਜੀ ਦੀ ਲਈ ਹੈ, ਨਾਲ ਹੀ ਮੈਂ ਲਿਆ 2 ਚਮਚ ਆਟਾ, ਗੇਹੂੰ ਦਾ ਆਟਾ, ਅਤੇ ਇਹਨਾਂ ਦੋਨਾਂ ਨੂੰ ਅਸੀਂ ਮਿਕਸ ਕਰ ਲਾਂਗੇ। ਅਤੇ ਪਾਣੀ ਮੈਂ ਲਿਆ 1 ਗਲਾਸ, 1 ਗਲਾਸ ਪਾਣੀ ਵਿੱਚ ਮੈਂ ਥੋੜ੍ਹਾ ਥੋੜ੍ਹਾ ਕਰਕੇ ਮਿਕਸ ਕਰ ਰਹੀ ਹਾਂ। ਦੇਖੋ, ਇਹਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ, ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਪਾਣੀ ਮਿਕਸ ਕਰਕੇ ਇਹਨੂੰ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਅਤੇ ਫਿਰ ਹੁਣ ਅਸੀਂ ਇਹਨੂੰ 10 ਮਿੰਟ ਲਈ ਢੱਕ ਕੇ ਰੱਖ ਦਾਂਗੇ ਤਾਂ ਕਿ ਸੂਜੀ ਚੰਗੀ ਤਰ੍ਹਾਂ ਫੁੱਲ ਜਾਏ। 10 ਮਿੰਟ ਬਾਅਦ ਮੈਂ ਚੈੱਕ ਕੀਤਾ, ਦੇਖੋ ਸੂਜੀ ਅੱਛੀ ਤਰ੍ਹਾਂ ਫੁੱਲ ਗਈ ਹੈ। ਅਤੇ ਅਸੀਂ ਇਹਦੇ ਵਿੱਚ ਕੁਛ ਸਬਜ਼ੀਆਂ, ਕੁਛ ਮਸਾਲੇ ਐਡ ਕਰਾਂਗੇ। ਅਤੇ ਜੇ ਤੁਸੀਂ ਜੋ ਵੀ ਤੁਹਾਡੇ ਕੋਲ ਸਬਜ਼ੀਆਂ ਵਗੈਰਾ ਪਈਆਂ ਸਾਰੀਆਂ ਐਡ ਕਰ ਸਕਦੇ ਹੋ, ਤੁਹਾਨੂੰ ਮੈਂ ਦਿਖਾ ਦਿੰਦੀ ਹਾਂ। ਮੈਂ ਪਿਆਜ਼ ਲਿਆ, 1 ਟਮਾਟਰ ਲਿਆ, ਸੁੱਕੀ ਮੇਥੀ ਲਈ ਹੈ, ਲੂਣ ਮਿਰਚ, ਜੀਰਾ, ਹਰੀ ਮਿਰਚ, ਇਹ ਸਭ ਸਾਰੇ ਮਸਾਲੇ ਲਏ ਨੇ, ਲਾਲ ਮਿਰਚ ਵੀ ਲਈ ਹੈ, ਅਤੇ ਗਰਮ ਮਸਾਲਾ ਵੀ ਥੋੜ੍ਹਾ ਜਿਹਾ ਪਾਇਆ। ਤੁਹਾਡੇ ਕੋਲ ਜੋ ਮਸਾਲੇ ਹੈਗੇ ਆ ਤੁਸੀਂ ਐਡ ਕਰ ਲੈਣਾ, ਜੀਰਾ ਵੀ ਜ਼ਰੂਰ ਪਾ ਲੈਣਾ, ਥੋੜ੍ਹੀ ਜਿਹੀ ਅਜਵਾਇਣ ਪਾ ਲੈਣਾ, ਅਤੇ ਸਬਜ਼ੀਆਂ ਵੀ ਜੋ ਵੀ ਹੋਣ ਸਾਰੀਆਂ ਐਡ ਕਰ ਲੈਣਾ। ਅਤੇ ਉਹਨਾਂ ਨੂੰ ਬਿਲਕੁਲ ਮਤਲਬ ਅੱਛੀ ਤਰ੍ਹਾਂ ਮਿਕਸ ਕਰ ਲੈਣਾ। ਦੇਖੋ, ਮੈਂ 1 ਗਲਾਸ ਪਾਣੀ ਲਿਆ ਸੀ, ਫਿਰ ਵੀ ਥੋੜ੍ਹਾ ਜਿਹਾ ਬਚ ਗਿਆ, ਔਰ ਇੰਨਾ ਗਾੜਾ ਬੈਟਰ ਅਸੀਂ ਰੱਖਣਾ। ਅਤੇ ਤੇਲ ਮੈਂ ਪਹਿਲਾਂ ਹੀ ਗਰਮ ਕਰ ਲਿਆ ਸੀ, ਅਤੇ ਇਹਦੇ ਵਿੱਚ ਕੜਛੀ ਨਾਲ ਅਸੀਂ ਇਸ ਤਰ੍ਹਾਂ ਇਸ ਬੈਟਰ ਨੂੰ ਪਾ ਦਾਂਗੇ। ਦੇਖੋ, ਅਤੇ ਥੋੜ੍ਹੀ ਜਿਹੀ ਸਾਈਡ 'ਤੇ ਜਗ੍ਹਾ ਸੀ, ਮੈਂ ਇੱਕ ਹੋਰ ਪਾ ਦਿੱਤਾ। ਹੁਣ ਇਹਨੂੰ ਅਸੀਂ ਘੱਟ ਗੈਸ 'ਤੇ ਥੋੜ੍ਹੀ ਦੇਰ ਲਈ ਫਰਾਈ ਕਰਾਂਗੇ। ਬਹੁਤ ਟੇਸਟੀ ਬਣਿਆ ਸੀ, ਬਹੁਤ ਜ਼ਿਆਦਾ ਸਵਾਦ ਬਣਿਆ ਸੀ, ਤੁਸੀਂ ਵੀ ਖਾ ਕੇ ਦੇਖਣਾ, ਮੇਰੇ ਬੱਚਿਆਂ ਨੂੰ ਬਹੁਤ ਪਸੰਦ ਆਇਆ। ਅਤੇ ਇਹ ਮਤਲਬ ਰੋਜ਼ ਤਾਂ ਨਹੀਂ ਖਾਣਾ ਚਾਹੀਦਾ ਤਲਿਆ ਹੋਇਆ, ਹੈਲਦੀ ਬ੍ਰੇਕਫਾਸਟ ਹੀ ਖਾਣਾ ਚਾਹੀਦਾ, ਵੀ ਹੈਲਦੀ ਹੈ, ਲੇਕਿਨ ਥੋੜ੍ਹਾ ਫਰਾਈ ਕੀਤਾ। ਅਸੀਂ ਇਹਦਾ ਚਿੱਲਾ ਵੀ ਬਣਾ ਸਕਦੇ ਹਾਂ, ਅਗਰ ਅਸੀਂ ਇਹਨੂੰ ਫਰਾਈ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਇਹਦਾ ਚਿੱਲਾ ਬਣਾ ਕੇ ਖਾ ਸਕਦੇ ਹਾਂ। ਅਤੇ ਅਗਰ ਤੁਸੀਂ ਇਹਨੂੰ ਤਲਣਾ ਨਹੀਂ ਚਾਹੁੰਦੇ ਤਾਂ ਇਹਦਾ ਇਸ ਬੈਟਰ ਨੂੰ ਥੋੜ੍ਹਾ ਜਿਹਾ ਹੋਰ ਪਤਲਾ ਕਰਕੇ ਤਵੇ 'ਤੇ ਚਿੱਲਾ ਬਣਾ ਕੇ ਖਾਓ, ਇਹਦਾ ਬਹੁਤ ਟੇਸਟੀ ਚਿੱਲਾ ਬਣਦਾ। ਇਹ ਦੇਖੋ, ਮੈਂ ਇਹਨੂੰ ਫਰਾਈ ਕਰ ਲਿਆ, ਬਹੁਤ ਟੇਸਟੀ ਖਾਣਾ ਬਣਿਆ, ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਅਗਰ ਇਹਦੇ ਨਾਲ ਰੈੱਡ ਸੋਸ ਹੋਏ ਜਾਂ ਗ੍ਰੀਨ ਸੋਸ ਹੋਏ ਤੁਸੀਂ ਉਹ ਵੀ ਲੈ ਸਕਦੇ ਹੋ, ਬਹੁਤ ਟੇਸਟੀ ਖਾਣਾ ਬਣਦਾ ਹੈ ਬ੍ਰੇਕਫਾਸਟ ਵਿੱਚ। ਅਤੇ ਨਾਲ ਮੈਂ ਇਹਦੀ ਚਾਹ ਲਈ ਹੈ, ਚਾਹ ਬੜੀ ਕੜਕਦਾਰ ਬਣੀ ਹੈ, ਲੌਂਗ ਇਲਾਇਚੀ ਪਾ ਕੇ, ਅਦਰਕ ਪਾ ਕੇ, ਤੁਲਸੀ ਪਾ ਕੇ ਬਹੁਤ ਸਵਾਦ ਬਣੀ ਹੈ। ਅਤੇ ਤੁਸੀਂ ਵੀ ਇਹ ਟਰਾਈ ਕਰਨਾ ਜ਼ਰੂਰ, ਸਪੈਸ਼ਲੀ ਹਰੀ ਚਟਨੀ ਨਾਲ ਜ਼ਰੂਰ ਟਰਾਈ ਕਰਨਾ, ਬਹੁਤ ਟੇਸਟੀ ਬਣਿਆ ਸੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰਨਾ। ਬਾਏ।